ਜਦੋਂ ਆਪਾਂ ਸਫ਼ਰ ਕਰਦੇ ਹੋਈਏ ਨਾ ਤਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਮਹਾਰਾਜ ਅੰਗ ਸੰਗ ਸਹਾਈ ਹੁੰਦੇ ਨੇ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਅੱਜ ਮੈਂ ਤੈਨੂੰ ਘੋੜੇ ਦੀ ਸੇਵਾ ਕਰਨੀ ਸਿਖਾਊਂਗਾ, ਕਿੱਦਾਂ ਕਰੀਦੀ ਹੈ। ਸੱਤ ਵਚਨ ਜੀ ਯਾਰ, ਘੋੜੇ ਦੀ ਸੇਵਾ ਕਰਨੀ ਔਖੀ ਹੁੰਦੀ ਹੈ ਜਾਂ ਸੌਖੀ ਹੁੰਦੀ ਹੈ? ਯਾਰ ਕੁਝ ਨਹੀਂ ਔਖਾ ਹੁੰਦਾ ਹੈ, ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਸਾਰਾ ਕੁਝ ਸੌਖਾ ਹੋ ਜਾਂਦਾ। ਅਕਾਲ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ। ਇਹ ਫਤਿਹ ਕੀ ਹੁੰਦੀ ਹੈ? ਸੰਪੂਰਨ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕ ਗੱਲ ਹੋਰ, ਇਹ ਜਿਹੜਾ ਤੁਸੀਂ ਘਾਲ ਘਾਲ ਬੋਲਦੇ ਆ, ਇਹ ਕੀ ਹੁੰਦਾ? ਕਾਲ ਘਾਲ ਹੁੰਦਾ। ਤੂੰ ਵੱਡਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੱਡੇ ਨੇ? ਵੱਡੇ ਤਾਂ ਮਹਾਰਾਜ ਸਾਹਿਬ ਜੀ ਵੱਡੇ ਆ। ਕਦੇ ਗੁਰਬਾਣੀ ਪੜ੍ਹੀ ਹੈ? ਮੈਂ ਤਾਂ 5 ਮਿੰਟਾਂ 'ਚ ਜਪ ਜੀ ਸਾਹਿਬ ਦਾ ਪਾਠ ਕਰ ਲੈਂਦਾ। ਉਹ ਮੇਰੇ ਸੋਹਣਿਆ ਵੀਰਾ, ਗੁਰਬਾਣੀ ਸਹਿਜ ਨਾਲ ਪੜ੍ਹੀ ਦੀ ਹੁੰਦੀ ਹੈ। ਤੁਸੀਂ ਜਪ ਜੀ ਸਾਹਿਬ ਦਾ ਪਾਠ ਕਰਦੇ ਹੋ, ਮਹਾਰਾਜ ਨੇ ਗੁਰਬਾਣੀ 'ਚ ਪਤਾ ਕੀ ਲਿਖਿਆ? ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਮਹਾਰਾਜ ਨੇ ਬਾਣੀ ਵਿੱਚ ਅਕਾਲ ਮੂਰਤ ਲਿਖਿਆ, ਘਾਲ ਮੂਰਤ ਨਹੀਂ ਲਿਖਿਆ। ਸੋ ਇਸ ਕਰਕੇ ਸਾਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿਵੇਂ ਜਿਵੇਂ ਮਹਾਰਾਜ ਨੇ ਗੁਰਬਾਣੀ 'ਚ ਲਿਖਿਆ ਹੈ, ਸਾਨੂੰ ਉੱਦਾਂ ਹੀ ਉਚਾਰਨ ਕਰਨਾ ਚਾਹੀਦਾ ਹੈ। ਸੋ ਅਸੀਂ ਜੇ ਸ਼ੁੱਧ ਉਚਾਰਨ ਕਰਾਂਗੇ ਤਾਂ ਹੀ ਸਾਨੂੰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਭਾਈ ਸਾਹਿਬ ਜੀ, ਆਪ ਜੀ ਦੀਆਂ ਗੱਲਾਂ ਸੁਣ ਕੇ ਮੇਰੀ ਅੱਖਾਂ ਖੁੱਲ੍ਹ ਗਈਆਂ। ਮੈਂ ਗੁਰਬਾਣੀ ਦਾ ਸਤਿਕਾਰ ਕਰੂੰਗਾ, ਅੱਜ ਤੋਂ ਬਾਅਦ ਮੈਂ ਘਾਲ ਨਹੀਂ ਅਕਾਲ ਬੋਲੂੰਗਾ। ਆਹ ਹੋਈ ਨਾ ਗੁਰਸਿੱਖਾਂ ਵਾਲੀ ਗੱਲ, ਰੂਹ ਖੁਸ਼ ਕਰਤੀ। ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਚੰਗਾ ਵੀ ਸਿੰਘੋ, ਅਸੀਂ ਅੱਗੇ ਵੀ ਜਾਣਾ ਹੈ, ਅਸੀਂ ਚੱਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਪੂਰਵਜ ਸੀਗੇ, ਜੰਗਾਂ ਯੁੱਧਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ 'ਤੇ ਦਿਨ ਗੁਜ਼ਾਰਦੇ ਰਹਿ ਗਏ। ਜੰਗਲਾਂ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਕੋਪਰ ਹੀੜੇ ਦੇ ਘੱਲੂਘਾਰੇ ਨੂੰ ਦੇਖ ਲਓ ਤੁਸੀਂ, ਉਸ ਤੋਂ ਬਾਅਦ ਕਾਨੂੰਬਾਨ ਦੀ ਛੰਭ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਤੁਸੀਂ, ਅਨੇਕਾਂ ਹੀ ਸਿੰਘ, ਛੋਟੇ ਛੋਟੇ ਬੱਚੇ, ਬੀਬੀਆਂ, ਬਜ਼ੁਰਗ ਸ਼ਹੀਦ ਹੋਏ। ਜੇ ਕਿਤੇ ਬਜ਼ੁਰਗਾਂ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਇੱਕ ਜਗ੍ਹਾ ਮਿਲ ਜਾਂਦੀ, ਚੰਗੀ ਤਰ੍ਹਾਂ ਪ੍ਰਚਾਰ ਕਰਨ ਦੇ ਉਹਨਾਂ ਨੂੰ ਸਾਧਨ ਮਿਲ ਜਾਂਦੇ, ਤਾਂ ਅੱਜ ਸਾਡੀ ਕੌਮ ਆ ਉਹ ਆਪਸ ਵਿੱਚ ਵੱਖੋ ਵੱਖ ਨਾ ਹੁੰਦੀ। ਸੋ ਜੇ ਕਿਤੇ ਉਹਨਾਂ ਨੂੰ ਇਹ ਮੌਕਾ ਮਿਲ ਜਾਂਦਾ ਕਿ ਆਉਣ ਵਾਲੀ ਪੀੜ੍ਹੀ ਦੇ ਲਈ, ਆਉਣ ਵਾਲੀ ਨਸਲ ਦੇ ਲਈ ਜਿਹੜੀਆਂ ਚੁਣੌਤੀਆਂ ਪੈਦਾ ਹੋਣੀਆਂ ਨੇ, ਉਹਨਾਂ ਚੁਣੌਤੀਆਂ ਨੂੰ ਅਸੀਂ ਹੁਣੇ ਹੀ ਖਤਮ ਕਰ ਦਈਏ, ਤਾਂ ਅੱਜ ਜਿਹੜੀ ਹੁਣ ਸਾਡੀ ਪੀੜ੍ਹੀ ਚੱਲ ਰਹੀ ਹੈ, ਜੋ ਚੁਣੌਤੀਆਂ ਵਿੱਚ ਫਸੀ ਹੋਈ ਹੈ ਜਾਂ ਮੁਸ਼ਕਲਾਂ ਵਿੱਚ ਫਸੀ ਹੋਈ ਹੈ ਜਾਂ ਆਪਸੀ ਦੁਬਧਾਵਾਂ ਦੇ ਵਿੱਚ ਫਸੀ ਹੋਈ ਹੈ, ਹੋ ਸਕਦਾ ਇਹ ਸਾਰੇ ਮਸਲਿਆਂ ਦੇ ਵਿੱਚ ਉਲਝਣ ਦੀ ਅੱਜ ਸਾਨੂੰ ਲੋੜ ਨਾ ਹੁੰਦੀ। ਸੋ ਇੱਥੇ ਉਹਨਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਉਹਨਾਂ ਦੀ ਇੱਕੋ ਇੱਕ ਮਨਸ਼ਾ ਸੀ, ਇੱਕੋ ਇੱਕ ਇੱਛਾ ਸੀ ਕਿ ਸਾਡੀ ਗੁਰੂ ਦੇ ਨਾਲ ਨਿਭ ਜਾਵੇ।
ਅਤੇ ਅਖੀਰੀ ਉਹਨਾਂ ਨੇ ਸਵਾਸਾਂ ਕੇਸਾਂ ਦੇ ਨਾਲ ਸਿੱਖੀ ਨਿਭਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਸਾਡਾ ਸਭ ਤੋਂ ਵੱਡਾ ਨੁਕਸਾਨ ਸਰਸਾ ਨਦੀ ਦੇ ਵਿੱਚ ਹੋਇਆ, ਉਸ ਤੋਂ ਬਾਅਦ ਵਿੱਚ ਘੱਲੂਘਾਰਿਆਂ ਦੇ ਵਿੱਚ ਸਾਡਾ ਨੁਕਸਾਨ ਹੋਇਆ, ਅਤੇ ਜੋ ਬਾਕੀ ਬਚਿਆ ਸੀ ਉਹ ਅੰਗਰੇਜ਼ ਲੁੱਟ ਪੁੱਟ ਕੇ ਲੈ ਗਏ। ਸੋ ਸਾਡੀ ਕੌਮ ਦੇ ਵਿੱਚ ਬਖਰੇਵੇਂ ਕਿਉਂ ਪੈਦਾ ਹੋਏ? ਕਿਉਂਕਿ ਸਾਡੇ ਜਿਹੜੇ ਪੂਰਵਜ ਸੀ, ਬਜ਼ੁਰਗ ਸੀ, ਉਹਨਾਂ ਨੇ ਸਾਰੀ ਜ਼ਿੰਦਗੀ ਕੁਰਬਾਨੀਆਂ ਦੇ ਵਿੱਚ ਗੁਜ਼ਾਰ ਦਿੱਤੀ। ਉਹਨਾਂ ਬਜ਼ੁਰਗਾਂ ਦੀਆਂ, ਗੁਰਸਿੱਖਾਂ ਦੀਆਂ ਜਿਹੜੇ ਸ਼ਹੀਦ ਹੋਏ ਸਿੰਘ ਸਿੰਘਣੀਆਂ, ਬੱਚੇ ਬਜ਼ੁਰਗ, ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਜਿਉਂਦੇ ਹਾਂ। ਜੇ ਉਹ ਕੁਰਬਾਨੀਆਂ ਨਾ ਕਰਦੇ ਤਾਂ ਸ਼ਾਇਦ ਅੱਜ ਸਿੱਖ ਕੌਮ ਦੁਨੀਆ 'ਤੇ ਨਾ ਹੁੰਦੀ। ਪਰ ਕੌਮ ਦੇ ਵਿੱਚ ਕੁਛ ਮਤਭੇਦ ਹੋਏ ਹੋਏ ਆ, ਜਿਵੇਂ ਰਹਿਤ ਮਰਿਆਦਾ ਨੂੰ ਲੈ ਕੇ, ਨਿਤਨੇਮ ਦੀਆਂ ਬਾਣੀਆਂ ਨੂੰ ਲੈ ਕੇ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਆਪਸੀ ਮਤਭੇਦ ਹੋਏ ਹੋਏ ਆ। ਸੋ ਅੱਜ ਸਾਡੀ ਕੌਮ ਆ ਇਸ ਵਿਸ਼ੇ ਦੇ ਵਿੱਚ ਆ ਕੇ ਉਲਝ ਜਾਂਦੀ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਆ, ਮੈਂ ਇਹ ਨਹੀਂ ਕਹਿੰਦਾ ਕਿ ਆਹ ਗਲਤ ਆ ਜਾਂ ਉਹ ਗਲਤ ਆ, ਆਹ ਸਹੀ ਆ ਜਾਂ ਉਹ ਸਹੀ ਆ। ਉਹਦਾ ਕਾਰਨ ਇਹ ਹੈ ਕਿ ਜਿਹਨੂੰ ਜਿੰਨਾ ਗਿਆਨ ਮਿਲ ਗਿਆ ਉਹ ਉਸੇ ਨੂੰ ਹੀ ਸੱਚ ਮੰਨ ਰਿਹਾ ਹੈ। ਇਹੀ ਸਭ ਤੋਂ ਵੱਡੀ ਸਮੱਸਿਆ ਹੈ। ਇਸੇ ਸਮੱਸਿਆ ਕਰਕੇ ਅੱਜ ਸਾਡੀ ਸਿੱਖ ਕੌਮ ਆ ਉਹ ਆਪਸ ਵਿੱਚ ਅਲੱਗ ਅਲੱਗ ਹੋਈ ਹੋਈ ਹੈ। ਜੇਕਰ ਆਪਾਂ ਇਹਨਾਂ ਸਮੱਸਿਆਵਾਂ ਨੂੰ ਲਿਖਣਾ ਹੋਵੇ ਤਾਂ ਕਿੰਨੇ ਹੀ ਸਫ਼ੇ ਲਿਖੇ ਜਾ ਸਕਦੇ ਆ। ਭਾਵੇਂ ਰਹਿਤ ਮਰਿਆਦਾ ਲੈ ਲਓ, ਨਿਤਨੇਮ ਦੀ ਬਾਣੀ ਦੇ ਬਾਰੇ ਲੈ ਲਓ, ਜਾਂ ਹੋਰ ਅਨੇਕਾਂ ਮਸਲੇ ਹਨ ਜਿਨ੍ਹਾਂ ਨੂੰ ਲਿਖਣ ਦੇ ਲਈ ਅਨੇਕਾਂ ਸਫ਼ੇ ਭਰ ਜਾਣਗੇ। ਇੱਧਰਲੇ ਵਿਦਵਾਨ ਕੁਛ ਹੋਰ ਕਹਿਣਗੇ, ਉੱਧਰਲੇ ਵਿਦਵਾਨ ਕੁਛ ਹੋਰ ਕਹਿਣਗੇ। ਸੋ ਮੈਂ ਗਲਤ ਦੋਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਕਹੂੰਗਾ, ਪਰ ਅੱਜ ਅਸੀਂ ਜਿਹੜੀ ਇਹ ਵੀਡੀਓ ਬਣਾਈ ਹੈ ਉਹਦਾ ਮੁੱਖ ਮਕਸਦ ਇਹੀ ਹੈ, ਜਿਹੜੀ ਅੱਜ ਤੋਂ 200 ਸਾਲ ਬਾਅਦ ਜਿਹੜੀ ਪੀੜ੍ਹੀ ਆਉਣੀ ਹੈ ਉਹ ਕਿਤੇ ਆਪਸ ਵਿੱਚ ਉਲਝ ਨਾ ਜਾਵੇ, ਕਿਉਂਕਿ ਉਹਨਾਂ ਕੋਲ ਉਲਝਣ ਦੇ ਲਈ, ਆਪਸ ਵਿੱਚ ਲੜਾਈ ਝਗੜਾ ਕਰਨ ਦੇ ਲਈ ਕੋਈ ਬਾਹਲੇ ਵੱਡੇ ਵਿਸ਼ੇ ਨਹੀਂ ਹੋਣੇ। ਅੱਜ ਤੋਂ 200 ਸਾਲ ਬਾਅਦ ਵਾਲੀ ਜਿਹੜੀ ਨਸਲ ਹੋਊਗੀ ਉਹ ਇੱਕ ਛੋਟੇ ਜਿਹੇ ਵਿਸ਼ੇ 'ਤੇ ਆਪਸ ਵਿੱਚ ਲੜ ਪਿਆ ਕਰੂਗੀ। ਉਹ ਵਿਸ਼ਾ ਕੀ ਹੈ? ਅੱਧਿਆਂ ਨੇ ਕਹਿਣਾ ਕਾਲ, ਅੱਧਿਆਂ ਨੇ ਕਹਿਣਾ ਅਕਾਲ। ਹੁਣ ਨਾ ਤਾਂ ਕਾਲ ਵਾਲੇ ਗਲਤ ਹੋਣਗੇ ਨਾ ਅਕਾਲ ਵਾਲੇ ਗਲਤ ਹੋਣਗੇ। ਉਹ ਕਿਸ ਤਰ੍ਹਾਂ? ਕਿਉਂਕਿ ਜਿਨ੍ਹਾਂ ਦਾ ਜਨਮ ਘਾਲ ਘਾਲ ਸੁਣ ਕੇ ਹੋਇਆ, ਜਿਨ੍ਹਾਂ ਦੇ ਬਜ਼ੁਰਗ ਘਾਲ ਘਾਲ ਕਹਿੰਦੇ ਰਹੇ ਆ, ਉਹਨਾਂ ਨੇ ਘਾਲ ਨੂੰ ਸੱਚ ਮੰਨਣਾ। ਅਤੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਆ, ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਅਕਾਲ ਕਿਹਾ ਜਾਂਦਾ ਸੀਗਾ ਅਤੇ ਉਹਨਾਂ ਨੇ ਅਕਾਲ ਨੂੰ ਸੱਚ ਮੰਨਣਾ। ਪਰ ਗੁਰਬਾਣੀ ਦੇ ਵਿੱਚ ਜੋ ਲਿਖਿਆ ਹੈ ਉਹ ਅਕਾਲ ਹੀ ਲਿਖਿਆ ਹੋਇਆ ਹੈ। ਸੋ ਇਸ ਕਰਕੇ ਅਸੀਂ ਇਹ ਵੀਡੀਓ ਬਣਾਈ ਆ ਵੀ ਜਿਹੜੀ ਅੱਜ ਤੋਂ 200 ਸਾਲ ਬਾਅਦ ਜਿਹੜੀ ਨਸਲ ਹੋਊਗੀ ਉਹ ਇਸ ਵਿਸ਼ੇ 'ਤੇ ਆ ਕੇ ਆਪਸ ਵਿੱਚ ਨਾ ਲੜੇ, ਕਿਉਂਕਿ ਪੁਰਾਤਨ ਸਮੇਂ ਤੋਂ ਅਕਾਲ ਹੀ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਨਿਹੰਗ ਸਿੰਘ ਜਦੋਂ ਸਵੇਰੇ ਉੱਠਦੇ ਸੀ ਸਭ ਤੋਂ ਪਹਿਲਾਂ ਅਕਾਲ ਅਕਾਲ ਕਿਹਾ ਕਰਦੇ ਸਨ। ਸੋ ਸਾਡੀ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਛੋਟਾ ਜਿਹਾ ਉਪਰਾਲਾ ਹੈ ਵੀ ਜਿਹੜੇ ਘਾਲ ਕਹਿੰਦੇ ਆ ਉਹ ਇਸ ਵੀਡੀਓ ਨੂੰ ਦੇਖ ਕੇ ਗੁਰਬਾਣੀ ਦੇ ਨਾਲ ਜੁੜ ਸਕਣ, ਸੱਚਾਈ ਦੇ ਨਾਲ ਜੁੜ ਸਕਣ। ਸੋ ਦਾਸ ਦੇ ਇਸ ਛੋਟੇ ਜਿਹੇ ਉਪਰਾਲੇ ਦੇ ਲਈ ਇਹਨਾਂ ਵੀਰਾਂ ਨੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ ਹੈ। ਇਹ ਹਨ ਭਾਈ ਬਲਜੀਤ ਸਿੰਘ ਜੀ, ਸੋ ਇਹ ਹਨ ਵੀਰ ਜੀ ਰਾਜ ਸਿੰਘ ਜੀ, ਇਹ ਵੀਰ ਜੀ ਸਤਨਾਮ ਸਿੰਘ ਜੀ ਹਨ, ਇਹ ਵੀਰ ਜੀ ਦਾ ਨਾਮ ਕਮਲ ਸਿੰਘ ਹੈ। ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਨਿਸ਼ਕਾਮਤਾ ਦੇ ਨਾਲ ਇਸ ਕਾਰਜ ਨੂੰ ਨੇਪਰੇ ਚਾੜਨ ਦੇ ਲਈ ਦਾਸ ਨੂੰ ਸਹਿਯੋਗ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਕਰਕੇ ਮੈਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਹੈ ਅਤੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਇਸ ਵੀਡੀਓ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਨੂੰ ਵੀਡੀਓ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ ਸਾਡੇ ਬਾਈ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਸ ਵੀਡੀਓ 'ਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਇਸ 'ਚ ਬਹੁਤ ਖੁਸ਼ੀ ਆ। ਔਰ ਇਸ ਵੀਡੀਓ ਵਿਖੇ ਇੱਕ ਸੰਕੇਤ ਮਿਲਦਾ ਆਉਣ ਵਾਲੀ ਜਨਰੇਸ਼ਨ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਸ ਵੀਡੀਓ ਵਿੱਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ, ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।